ਭਾਈ ਤੁਹਾਡਾ ਪੀ ਲੋ 40 ਰੁਪਏ 50 ਰੁਪਏ ਹਵਾਦਾ ਮੋਗੇ ਤੇ ਸਲਾਮ ਦਾ ਜਵਾਬ ਵੀ ਦੇ ਦੋ ਆਇਓ ਭਾਈ ਤੁਸੀਂ ਵੀ ਪੀ ਲੋ ਪਤਾ ਨਹੀਂ ਕਦੋਂ ਦਾ ਪੀਤੇ ਆਇਓ ਕੋਈ ਮੰਡੀ 'ਚ ਆਇਓ ਕੀ ਰੇਟ ਹੈ ਭਾਈ ਮੈਂ ਬੱਕਰਾ ਲੈਣ ਨਹੀਂ ਆਇਆ ਮੈਂ ਤੁਸੀਂ ਮੱਛੀ ਮੰਡੀ ਆਏ ਹੋ ਤੁਸੀਂ ਮੈਨੂੰ ਵੀ ਡੀਲ ਕਰ ਲੈ ਤੇ ਭਾਈ ਤੁਹਾਨੂੰ ਡੀਲ ਕਰ ਰਹੇ ਹੋਰ ਮੈਂ ਦਰਖਤਾਂ ਨੂੰ ਡੀਲ ਕਰ ਰਿਹਾ ਛੋਟਾ ਗਲਾਸ ਕਿੰਨੇ ਦਾ ਛੋਟਾ ਗਲਾਸ ਸਟੀਲ ਦਾ ਵੱਡਾ ਗਲਾਸ ਵੀ ਸਟੀਲ ਦਾ ਕਿੱਡਾ ਤੁਹਾਡਾ ਇੱਟਾਂ ਵਾਲੀ ਪੱਟੀ ਵਰਗਾ ਮੂੰਹ ਹੈ ਤੁਹਾਡਾ ਅੰਦਰ ਮੂੰਹ ਕਰੋ ਇਧਰੋਂ ਹਾਂ ਦੱਸ चलो भाई सोडे वाले हाँ जी भाई आइयो सोडे वाले 40 रुपए 50 रुपए 40 रुपए कंपाइन 50 रुपए 40 रुपए 50 रुपए 40 रुपए 50 रुपए आइयो भाई थोड़ा पी लो 40 रुपए 50 रुपए हवादा मोगे सेल लग गया सलाम का जवाब भी दे दो आइयो भाई तुम भी पी लो पता नहीं कदों का पीते आइयो 40 रुपए 50 रुपए 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 किसी और जगह जाके वेखो कि मेरे को खलो के वेखना जाओ सोडा बेचन 40 रुपए 50 रुपए भैन मेहरबानी करो सामने आओ लैट थले तक ਇੱਥੇ ਆ ਕੇ ਖਲੋ ਗਿਆ ਨਾਲ ਮੇਰੇ ਫੁੱਫਾ ਦੇ ਮੁੰਡੇ ਹੋ ਤੁਸੀਂ ਅੱਛਾ ਕੀ ਰੇਟ ਹੈ ਕੀ ਕਿਸ ਤਰ੍ਹਾਂ ਗਲਾਸ ਦੇ ਰਹੇ ਹੋ ਰੇਟ ਮਤਲਬ ਤੁਸੀਂ ਮੰਡੀ 'ਚ ਆਏ ਹੋ ਕੀ ਰੇਟ ਹੈ ਭਾਈ ਮੈਂ ਬੱਕਰਾ ਲੈਣ ਨਹੀਂ ਆਇਆ ਮੈਂ ਤੁਸੀਂ ਮੱਛੀ ਮੰਡੀ ਆਏ ਹੋ ਜਿਹੜੇ ਗਾਹਕ ਆਏ ਨੇ ਉਹਨਾਂ ਨੂੰ ਡੀਲ ਕਰਨ ਦੋ ਹਾਂਜੀ ਮੇਰੇ ਬੇਟਾ ਨੇ ਕੀ ਪੀਣਾ ਹੈ ਬੋਲੋ ਸੋਡਾ ਪੀਣਾ ਸ਼ਾਬਾਸ਼ ਆਪਨੇ ਵੀ ਸੋਡਾ ਪੀਣਾ ਪੱਕੀ ਬਾਤ ਹੈ ਸੋਡਾ ਪੀਣਾ ਮੈਨੂੰ ਇਹ ਲੱਗ ਰਹੀ ਹੈ ਸੋਡਾ ਪੀਣੇ ਵਾਲੀ ਆਪ ਨਹੀਂ ਲੱਗ ਰਹੀ ਐਸਾ ਹੀ ਹੈ ਨਾ ਕੋ ਪੀਣਾ ਮੇਰੇ ਵੀ ਉਹ ਆਪਸੇ ਤਾਂ ਬੋਲਣ ਨਹੀਂ ਜਾ ਰਹੇ ਤਾਂ ਪੀਓਗੇ ਕਿਵੇਂ वो देखो वो भाई ਤੁਸੀਂ ਕੀ ਕਰਨ ਆਏ ਹੋ ਭਾਈ ਮੈਂ ਵੀ ਪੀਣੀ ਆ ਡੋਲਣ ਆਇਆ ਉਹ ਵੇਖੋ ਪੀ ਰਿਹਾ ਡੋਲਣ ਨਹੀਂ ਆਇਆ ਵੈਸੇ ਇੱਕ ਤੁਹਾਨੂੰ ਮਿਲਦਾ ਨਹੀਂ ਤੂੰ ਕਹਿ ਰਿਹਾ ਮੈਂ ਡੋਲਣ ਨਹੀਂ ਆਇਆ ਮੈਂ ਆਪਕੋ ਦੇਤਾ ਹੂੰ ਇੱਕ ਮਿੰਟ ਮੈਂ ਜ਼ਰਾ ਇਹ ਆਈ ਸਮਝਾਣ ਛੁਡਵਾ ਲੈ ਪਹਿਲੇ ਫਿਰ ਆਪਕੋ ਦੇਤਾ ਭਾਈ ਗਲਾਸ ਕਿਸ ਤਰ੍ਹਾਂ ਲਾਏ ਨੇ ਭੈਣ ਕਹਿ ਰਹੇ ਹਾਂਜੀ ਭਾਈ ਭਾਈ ਕਿੰਨੇ ਦਾ ਗਲਾਸ ਏ ਉਹ ਤੁਸੀਂ ਮੈਨੂੰ ਭਾਈ ਸੋਡਾ ਹੋਈਏ ਸੋਡਾ ਆਇਓ ਹਾਂਜੀ ਭੈਣ ਕਾਲੇ ਤੂੰ ਇੱਥੇ ਵੀ ਮੈਨੂੰ ਵੀ ਡੀਲ ਕਰ ਲੈ ਤੇ ਭਾਈ ਤੁਹਾਨੂੰ ਡੀਲ ਕਰ ਰਹੇ ਹੋਰ ਮੈਂ ਦਰਖਤਾਂ ਨੂੰ ਡੀਲ ਕਰ ਰਿਹਾ ਛੋਟਾ ਗਲਾਸ ਕਿੰਨੇ ਦਾ ਛੋਟਾ ਗਲਾਸ ਸਟੀਲ ਦਾ ਵੱਡਾ ਗਲਾਸ ਵੀ ਸਟੀਲ ਦਾ ਉਹ ਕਿੰਨੇ ਦਾ ਸਟੀਲ ਦਾ ਗਲਾਸ ਵਜ਼ਨ ਕਰਕੇ ਵੇਖ ਲਓ ਕੁਬਾਰੀਓ ਕੋ ਲਾਈਓ ਉਹ ਭਾਈ ਸੋਡਾ ਪਾ ਕੇ ਕਿੰਨੇ ਦਾ ਬੋਤਲ ਕਿੰਨੇ ਦੀ ਏ ਕਦੀ ਕੰਨ ਸਾਫ ਕੀਤੇ ਨੇ ਮਤਲਬ ਕੰਨ ਸਾਫ ਕਿਵੇਂ ਕਰੇ ਤੇ ਨਜ਼ਰ ਕਰਕੇ ਵਿਖਾਓ ਬਾਂਸ ਮਾਰੀ ਦੇ ਨਾ ਵਿੱਚ ਕਿਹੜਾ ਬਾਂਸ ਗਟਰਾਂ ਵਾਲਾ ਜਾਂ ਕੋਈ ਛੋਟੀ ਜਿਹੜੀ ਹੋਵੇ ਗਟਰਾਂ ਵਾਲਾ ਕਿਵੇਂ ਮਾਰੇ ਤਾਂ ਮਾਰ ਕੇ ਕੋਈ ਚੱਲੇਗਾ ਤੁਹਾਨੂੰ ਗਟਰਾਂ ਵਾਲਾ ਹੀ ਆ ਵੀ ਤੁਹਾਡੀ ਗੱਲ ਗਲਤ ਹੈ ਅੱਛਾ ਭੈਣ ਦੱਸੋ ਕੀ ਕਹਿਣਾ ਚਾਹੁੰਦੇ ਭੈਣ ਸੋਡਾ ਪੀਣ ਹੈ ਘੰਟੇ ਦਾ ਤੂੰ ਮਜ਼ਾਕ ਬਣਾਤਾ ਯਾਰ ਸੋਡਾ ਪੀਣ ਆਏ ਹੋ ਜਾਂ ਕੋਈ ਨਮਕ ਪੀਣ ਆਏ ਹੋ ਤੁਸੀਂ ਮੈਨੂੰ ਸਮਝ ਨਹੀਂ ਲੱਗ ਰਹੀ ਤੁਸੀਂ ਕਿਸ ਤਰ੍ਹਾਂ ਦੀ ਗੱਲਾਂ ਕਰ ਰਹੇ ਹੋ ਅੱਛਾ ਛੋਟਾ ਗਲਾਸ ਕਿੰਨੇ ਦਾ ਪਿਲਾਓਗੇ ਛੋਟਾ 30 ਰੁਪਏ ਦਾ ਵੱਡਾ 50 ਰੁਪਏ ਦਾ ਦੋਨੋਂ ਪੈਕ ਕਰ ਦਈਏ ਯਾਰ ਬੜੇ ਸਸਤੇ ਲਾਏ ਨੇ ਤੂੰ ਮੇਰਾ ਭਰਾ ਮੈਨੂੰ ਸਸਤੇ ਲਾਏ ਜੀ ਕੂਲਰ ਚ ਪਾ ਦਈਏ ਕੂਲਰ ਚ ਪਾ ਕੇ ਕੂਲਰ ਘਰੋਂ ਲੈ ਕੇ ਆਓ ਅਸੀਂ ਇਹਦੀ ਦੁਕਾਨ ਵਾਲਾ ਕੂਲਰ ਰੱਖਿਆ ਭਾਈ ਤੁਸੀਂ ਮੈਨੂੰ ਕੂਲਰ ਵੀ ਵੇਚ ਦਿਓ ਕੂਲਰ ਤੁਹਾਨੂੰ ਵੇਚ ਦਈਏ ਤੁਸੀਂ ਛੱਪੜ ਦੇ ਦੋ ਕੂਲਰ ਨਾਲ ਵੇਚ ਦਿਓ ਕੀ ਵੇਚ ਦਿਓ ਭਾਈ ਪਾਗਲ ਤੇ ਨਹੀਂ ਹੈਗੇ ਤੁਸੀਂ ਛੇਤੀ ਕਰੋ ਸਾਡੇ ਕੰਮ ਦਾ ਟਾਈਮ ਹੈ ਆਇਓ ਭਾਈ ਸੋਡਾ ਭਾਈ ਨੇ ਨਮਕ ਵੀ ਸਾਰਾ ਪਾ ਦਿਆ ਜੇ ਵਿੱਚ ਆਹੋ ਵੈਸੇ ਇਹ ਹੋ ਸਕਦਾ ਮੈਂ ਨਿੰਬੂ ਵੀ ਪਾ ਦਈਏ ਵਿੱਚ ਹਾਂ ਨਿੰਬੂ ਵੀ ਪਾ ਦਿਓ ਤੁਹਾਨੂੰ ਵੀ ਪਾ ਦਈਏ ਵਿੱਚ ਭਾਈ ਵੈਸੇ ਭਾਈ ਸਾਡੇ ਕੋਲ ਤੇਜ਼ਾਬ ਵੀ ਹੈਗਾ ਤੇਜ਼ਾਬ ਪਾ ਦਈਏ ਤੁਹਾਨੂੰ ਤੇਜ਼ਾਬ ਜਿਹੜਾ ਸੀ ਥੱਲੇ ਵਾਲਾ ਕੰਮ ਸਾਫ਼ ਕਰੀਦਾ ਭਾਈ ਨਾ ਸ਼ਾਪਰ ਵੀ ਦੇ ਦਿਆ ਜੇ ਮੈਂ ਉੱਥੇ ਜਾ ਕੇ ਵੇਚਾਂਗਾ ਤੁਹਾਡੇ ਨਾਲ ਲੈ ਕੇ ਮੈਂ ਵੇਚਾਂਗਾ ਮੈਨੂੰ ਬਣਾ ਕੇ ਦੇ ਦਿਓ ਮੈਂ ਜਾ ਕੇ ਵੇਚਾਂਗਾ ਪਾਗਲ ਤਾਂ ਨਹੀਂ ਹੈਗੇ ਬਾਂਦਰ ਕਿੱਲੇ ਦਾ ਆਖਰੀ ਛਿੱਤਰ ਹੁੰਦੇ ਹੋ ਕੀ ਕਰ ਰਹੇ ਹੋ ਬੜੀ ਗੱਲ ਕੀਤੀ ਹੈ ਯਾਰ ਵੈਸੇ ਕਿੱਡਾ ਤੁਹਾਡਾ ਬਾਂਦਰ ਕਿੱਲੇ ਦੀ ਰੱਸੀ ਵਰਗਾ ਉਹ ਦੇ ਦਿਆ ਮੈਨੂੰ ਪਾਈਪ ਵੀ ਦੇ ਦਿਆ ਬਾਂਦਰ ਕਿੱਲਾ ਵੀ ਦੇ ਦਈਏ ਬਾਂਦਰ ਕਿੱਲਾ ਭਾਈ ਨੇ ਇੱਕ ਬਾਂਦਰ ਵੀ ਦੇ ਦਿਓ ਉਹ ਤੇ ਤੁਸੀਂ ਹੈਗੇ ਹੋ ਤੁਹਾਨੂੰ ਬਾਅਦ ਭੈਣ ਲੜਾਈ ਹੋ ਜਾਣਗੀ ਕਿੱਡਾ ਤੁਹਾਡਾ ਭਾਈ ਤੁਸੀਂ ਮੈਂ ਨਾਲ ਚਲੇ ਜਾਓ ਨਾ ਤੁਸੀਂ ਆਪਣਾ ਵੈਸੇ ਤੁਸੀਂ ਬਾਂਦਰ ਤੋਂ ਘੱਟ ਨਹੀਂ ਹੋ ਅਰੇ ਤੁਸੀਂ ਆਪਣਾ ਮੂੰਹ ਵੇਖਿਆ ਜਿਵੇਂ ਕਬਰ 'ਚ ਚੁੱਲੀ ਬੰਦੀ ਹੁੰਦੀ ਲੈ ਆ ਕੇ ਵਿਖਾਓ ਤੁਸੀਂ ਲੈ ਲਓ ਤੁਸੀਂ ਥੱਤੇ ਹੈਗੇ ਅੰਨਾ ਸਪਾਈਡਰਮੈਨ ਹੁੰਦੇ ਹੋ ਗੁੰਗਾ ਸਰਜਟ ਹੁੰਦਾ ਉੱਡ ਕੇ ਲੈ ਲਓ ਭਾਈ ਤੁਸੀਂ ਸੁਪਰਮੈਨ ਤੇ ਨਹੀਂ ਹੈਗੇ ਮੰਗ ਕੇ ਵਿਖਾਓ
ਆਹੋ ਨਹਿਰ ਦੇ ਬਾਹਰ ਕੱਛੇ ਆਈ ਵੇਚਦਾ ਤੁਸੀਂ ਲੈ ਨੇ ਕੱਛੇ ਵੈਸੇ ਐ ਹੀ ਸੀ ਵੇਖ ਲਓ ਕਿੰਨੇ ਬੜੇ ਕੱਛੇ ਲੈ ਨੇ ਪੈਸੇ ਤੂੰ ਨਹੀਂ ਦੇ ਕੇ ਗਿਆ ਪਹਿਲੇ ਕੀ ਕਰ ਰਹੇ ਹੋ ਤੁਸੀਂ ਲੈਟ ਤੇ ਨਾ ਛੇੜੋ ਭਾਵੇਂ ਪਾਗਲ ਤੇ ਨਹੀਂ ਹੈਗੇ ਤੁਸੀਂ ਭਾਵੇਂ ਹੁਣ ਕੋਈ ਸ਼ਾਇਦ ਦੇ ਵੀ ਦਿਓ ਮੈਨੂੰ ਭਾਵੇਂ ਦੇ ਦੇਣੇ ਤੁਹਾਨੂੰ ਸੋਡਾ ਦੇਣਾ ਨਾ ਤੁਹਾਨੂੰ ਭੈਣ ਪਿੱਛੇ ਹੋ ਤੁਹਾਨੂੰ ਪਤਾ ਇਹਦੀ ਆਵਾਜ਼ ਕਿਹੋ ਜਿਹੀ ਹੈਗੀ ਤੁਹਾਨੂੰ ਜਦੋਂ ਮੈਂ ਖੋਲਣਾ ਤੁਹਾਨੂੰ ਲਕਵਾ ਹੋ ਜਾਣਾ ਵੈਸੇ ਮੂੰਹ ਤੁਹਾਡਾ ਇੰਜ ਜਿਵੇਂ ਸੂਈ ਨੂੰ ਲਕਵਾ ਹੋਇਆ ਉਹ ਇੱਧਰ ਕੀ ਇੰਨਾ ਪਿੱਛੇ ਛੁਪੀ ਜਾ ਰਿਹਾ ਥੋੜਾ ਅੰਦਰ ਨੂੰ ਮੂੰਹ ਕਰੋ ਭੈਣ ਤੁਹਾਡਾ ਮੂੰਹ ਵੀ ਐਵੇਂ ਜਿਵੇਂ ਕੇਲਾ ਸਟੈਂਡ ਤੇ ਲੱਗਾ ਹੁੰਦਾ ਭੈਣ ਲੱਗਿਆ ਬੱਚੇ ਲੱਗ ਰਿਹਾ ਭੈਣ ਥੋੜਾ ਅੰਦਰ ਮੂੰਹ ਕਰੋ ਲੱਗ ਗਿਆ ਕਿੱਡਾ ਤੁਹਾਡਾ ਇੱਟਾਂ ਵਾਲੀ ਪੱਟੀ ਵਰਗਾ ਮੂੰਹ ਹੈ ਥੋੜਾ ਅੰਦਰ ਮੂੰਹ ਕਰੋ ਇੱਧਰ ਹਾਂ ਦੱਸੋ ਹੁਣ ਕੀ ਲੈਣਾ ਜੀ ਨਜ਼ਰ ਆ ਗਿਆ ਆ ਗਿਆ ਯਾਰ ਜੇ ਅੱਗੇ ਮੂੰਹ ਆ ਗਿਆ ਕਿਵੇਂ ਨਜ਼ਰ ਆ ਗਿਆ ਇਹ ਬੜੀ ਠਾਠ ਹੁੰਦੀ ਯਕੀਨ ਮੰਨੋ ਤੁਸੀਂ ਲੱਕੜੀ ਵੀ ਖਾਓ ਹਸਮ ਕਰ ਦੇਗਾ ਵੈਸੇ ਵੀ ਤੁਸੀਂ ਬਜਰੀ ਖਾਂਦੇ ਮੈਨੂੰ ਲੱਗ ਰਿਹਾ ਕੀ ਆ ਬੰਦੂਕ ਹੈ ਭੈਣ ਬੰਦੂਕ ਹਸਮ ਕਰਦੀ ਤੁਸੀਂ ਕੋਈ ਫੱਕੀ ਮਾਸਟਰ ਤਾਂ ਨਹੀਂ ਹੈਗੇ ਭੈਣ ਤੁਸੀਂ ਲੈਣਾ ਜੇ ਕਿ ਟਾਈਮ ਜ਼ਾਇਆ ਕਰ ਰਹੇ ਭੈਣ ਮੈਂ ਸਿਰ ਪੁੱਛਣ ਹੀ ਆਇਆ ਸੀ ਭੈਣ ਤੁਸੀਂ ਪਾਗਲ ਤਾਂ ਨਹੀਂ ਹੈਗੇ ਕਿਉਂ ਮੈਂ ਤੁਹਾਡੀ ਇਹਦੇ ਨਾਲ ਕੋਈ ਸ਼ੈ ਖੋਲ ਦਾਂਗਾ ਕੀ ਖੋਲ ਦੋਗੇ ਤੁਹਾਡੇ ਮੈਂ ਵੱਟ ਕੱਢ ਦਾਂਗਾ ਵੈਸੇ ਵੀ ਮੈਨੂੰ ਬੜੇ ਪਏ ਨੇ ਕੱਢ ਦਿਓ ਭੈਣ ਚਲੇ ਜਾਓ ਇਸ ਤੋਂ ਪਹਿਲੇ ਕਿ ਮੈਂ ਬੋਤਲ ਖੋਲਾਂ ਤੇ ਤੁਸੀਂ ਖੋਲ ਜਾਓ ਜਾਓ ਭੈਣ ਵੈਸੇ ਤੁਹਾਨੂੰ ਤੰਗ ਹੀ ਕਰਨ ਆਇਆ ਸੀ ਤੇ ਭੈਣ ਤੁਸੀਂ ਪਾਗਲ ਲੱਗੇ ਸਾਡੇ ਗਾਕਾਂ ਦਾ ਟਾਈਮ ਹੋ ਗਿਆ ਜਾਓ ਟਾਈਮ ਨਾ ਜ਼ਾਇਆ ਕਰੋ ਜਾ ਮੇਰਾ ਭਰਾ ਟਾਈਮ ਹੀ ਤੇ ਵੇਸਟ ਕਰਨਾ ਓ ਯਾਰ ਜਾ ਮੇਰਾ ਭਰਾ ਓ ਇੱਧਰ ਨੂੰ ਜਾ ਮੇਰੀ ਮਰਜ਼ੀ ਯਾਰ ਓਕੇ ਵਿੱਚ ਵੜਨਾ ਹੀ ਚੱਲ ਓ ਬਾਈ ਜਾਓ ਹਾਂਜੀ ਬਾਬਾ ਜੀ ਕੀ ਲੈਣਾ ਤੁਸੀਂ ਮਿਹਰਬਾਨੀ ਚਲੋ ਜਾਓ ਭੈਣ ਗਾਕਾਂ ਦਾ ਟਾਈਮ ਹੈਗਾ ਜਾਓ ਮੈਂ ਦੁਆਵਾਂ ਲੈਣੀਆਂ ਨੇ ਓ ਯਾਰ ਜਾਓ ਯਾਰ ਮੇਰਾ ਪਹਿਲੇ ਦੁਆ ਹੋ ਜੇ ਕੀ ਖਤਮ ਬੁਲਾ ਰਹੇ ਅਸੀਂ ਭੈਣ ਤੁਹਾਡਾ ਆਖਰੀ ਟਾਈਮ ਹੈ ਓ ਭੈਣ ਜਾਓ ਮਿਹਰਬਾਨੀ ਕਰੋ ਹੁਣ ਚਲੇ ਵੀ ਜਾਓ ਮਿਹਰਬਾਨੀ ਚਲੇ ਜਾਓ ਬਸ ਭੈਣ ਤੁਸੀਂ ਮੈਨੂੰ ਭੇਜ ਕੇ ਆਓ ਇਸ ਤੋਂ ਪਹਿਲੇ ਤੁਸੀਂ ਚਲੇ ਜਾਓ ਨਹੀਂ ਤੇ ਮੈਂ ਚਲੇ ਜਾਣਾ ਭੈਣ ਤੁਸੀਂ ਮੈਨੂੰ ਛੱਡ ਕੇ ਆਓ ਕਿੱਥੇ ਛੱਡ ਗਈ ਤੁਹਾਨੂੰ ਜਾਓ ਭੈਣ ਮੈਨੂੰ ਅੱਗੇ ਛੱਡ ਆਓ ਭੈਣ ਚਲੇ ਜਾਓ ਪਿੱਛੇ ਮੁੜ ਕੇ ਨਹੀਂ ਵੇਖਣਾ ਉਹ ਤੂੰ ਪਾਗਲ ਤੇ ਨਹੀਂ ਹੈਗਾ ਹੈਲੋ ਓ ਯਾਰ ਜਾ ਟਾਈਮ ਨਾ ਜ਼ਾਇਆ ਕਰ ਪਤਾ ਨਹੀਂ ਕਿੱਥੇ ਉੱਠ ਕੇ ਆ ਗਏ ਦੁਬਾਰਾ ਨਾ ਤੇ ਮੂੰਹ ਮਾਰੀ।